ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮਿਲ ਯੂਐਸਏ ਟੀਵੀ ਮੈਂ ਸਰਪੀ ਖਬਰਾਂ ਦੇ ਬੁਲਟਿਨ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਖਬਰਾਂ ਦੇ ਬੁਲਟਿਨ ਦੇ ਸਪான்ਸਰ ਨੇ ਰੀਅਲ ਅਟਰ ਗੁਰਜਤਿੰਦਰ ਸਿੰਘ ਰੰਦਾਵਾ ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਅਤੇ ਵੇਚਣ ਦੇ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਰਾਹੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਪੇਸ਼ਾਨ ਦੇਸ਼ ਵਿਦੇਸ਼ ਦੀਆਂ ਕੁਝ ਚੋਣਵੇਂ ਖਬਰਾਂ ਗਲੋਬਲ ਸਟੂਡੈਂਟ ਪ੍ਰਾਈਜ਼ ਦੀ ਸੂਚੀ 'ਚ ਸ਼ਾਮਲ ਹੋਏ ਪੰਜਾਬ ਦੇ ਦੋ ਵਿਦਿਆਰਥੀਆਂ ਨੂੰ ਮਿਲੇਗਾ 1-1 ਲੱਖ ਅਮਰੀਕੀ ਡਾਲਰ ਅਮਰੀਕਾ 'ਚ ਅਸਮਾਨੀ ਬਿਜਲੀ ਦੀ ਝਪੇਟ 'ਚ ਆਈ ਭਾਰਤੀ ਮੂਲ ਦੀ ਵਿਦਿਆਰਥੀ ਦੇ ਦਿਮਾਗ ਨੂੰ ਪਹੁੰਚਿਆ ਨੁਕਸਾਨ ਕੈਨੇਡਾ 'ਚ ਭਾਰਤੀ ਆ다 ਸ਼ਰਮਨਾਕਾਰਾ ਵਾਹਨ ਚੋਰੀ ਦੇ ਮਾਮਲੇ 'ਚ 15 ਗ੍ਰਿਫਤਾਰ ਵਰਕ ਵੀਜ਼ਾ ਤੇ ਵਿਦੇਸ਼ ਜਾਣ ਵਾਲੇ ਹੋ ਜਾਣ ਸਾਵਧਨ ਲੋਕ ਹੋ ਰਹੇ ਨੇ ਠੱਗੀ ਦਾ ਸ਼ਿਕਾਰ NASA ਦੇ ਚੀਨ ਨੂੰ ਟੱਕਰ ਦੇਣ ਦੀ ਤਿਆਰੀ 'ਚ ISRO ਬਣਾ ਰਿਹਾ ਹੈ ਪਰਮਾਣੂ ਰਾਕਟ ਸਿੰਗਾਪੁਰ ਜਾਣਗੇ 75 ਪ੍ਰਿੰਸੀਪਲ ਸਰਕਾਰ ਨੇ ਲਿਸਟ ਕੀਤੀ ਤਿਆਰ ਉਨ ਕਬਰਾ ਵਿਸਤਾਰ ਦੇ ਨਾਲ ਭਾਰਤ ਵਿੱਚ ਪੜ੍ਹ ਰਹੇ ਪੰਜ ਵਿਦਿਆਰਥੀਆਂ ਨੂੰ 1 ਲੱਖ ਅਮਰੀਕੀ ਡਾਲਰ ਦੇ ਗਲੋਬਲ ਸਟੂਡੈਂਟ ਪ੍ਰਾਈਜ਼ 2023 ਲਈ ਜੋਟੀ ਦੇ 50 ਵਿਦਿਆਰਥੀਆਂ ਦੀ ਸੂਚੀ ਵਿੱਚ ਥਾ ਬਣਾਈ ਹੈ ਇਹਨਾਂ ਵਿਦਿਆਰਥੀਆਂ ਨੂੰ 122 ਦੇਸ਼ਾਂ ਦੇ 3859 ਵਿਦਿਆਰਥੀਆਂ ਵਿੱਚੋਂ ਚੁਣਿਆ ਗਿਆ ਹੈ ਇਹ ਸਲਾਨਾ ਅਵਾਰਡ ਇੱਕ ਅਸਾਧਾਰਨ ਵਿਦਿਆਰਥੀ ਨੂੰ ਦਿੱਤਾ ਜਾਂਦਾ ਹੈ ਜਿਸ ਨੇ ਸਿੱਖਣ ਆਪਣੇ ਸਾਥੀਆਂ ਦੇ ਜੀਵਨ ਅਤੇ ਸਮਾਜ ਤੇ ਅਸਲ ਪ੍ਰਭਾਵ ਪਾਇਆ ਹੈ ਇਸ ਸੂਚੀ ਵਿੱਚ ਪੰਜਾਬ ਦੇ ਲੁਧਿਆਣਾ ਦੇ ਸਤਪਾਲ ਮਿੱਤਲ ਸਕੂਲ ਦੀ ਵਿਦਿਆਰਥਣ ਨਮਿਆ ਜੋਸ਼ੀ ਤਾਮਿਲਨਾਡੂ ਦੇ ਤਿਰਵੰਨਮਲਾਈ ਸਥਿਤ ਵਨੀਤਾ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਮਨੀਸ਼ਾ ਉਮਾ ਸ਼ੰਕਰ ਗੁਜਰਾਤ ਦੇ ਗਾਂਦੀ ਨਗਰ ਵਿੱਚ ਗੁਜਰਾਤ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਸੁਸਾਇਟੀ ਮੈਡੀਕਲ ਕਾਲਜ ਦੇ ਵਿਦਿਆਰਥੀ ਗਲੇਟਸਨ ਵਾਗੇਲਾ ਰਾਜਸਥਾਨ ਦੇ ਕੋਟਾ ਵਿੱਚ ਸਰ ਪਦਮਪਤ ਸਿੰਘਾਨੀਆਂ ਸਕੂਲ ਦੇ ਕੰਪਿਊਟਰ ਸਾਇੰਸ ਦੇ ਵਿਦਿਆਰਥੀ ਪਦਮਕਸ਼ ਖੰਡੇਲਵਾਲ ਅਤੇ ਪੰਜਾਬ ਦੇ ਮੁਹਾਲੀ ਵਿੱਚ ਚੰਨੀਗੜ੍ਹ ਇੰਜੀਨੀਅਰਿੰਗ ਕਾਲਜ ਲਾਂਡਰਾ ਦੇ ਸੂਚਨਾ ਟੈਕਨੋਲੋਜੀ ਦੇ ਵਿਦਿਆਰਥੀ ਰਵਿੰਦਰ ਬਿਸ਼ਨੋਈ ਨੇ ਜਗ੍ਹਾ ਬਣਾਈ ਹੈ ਤੈਂ ਦੱਸ ਦिए ਕਿ ਟੈਗ ਆਰਗੇਨਾਈਜੇਸ਼ਨ ਦੇ ਸੀਈਓ ਅਤੇ ਚੀਫ ਕਮਿਊਨੀਕੇਸ਼ਨਸ ਅਫਸਰ ਹਿਥਰ ਹੈਟਲੋ ਪਾਟਰ ਨੇ ਕਿਹਾ ਕਿ ਟੈਗ ਨਾ ਸਿਰਫ ਤੁਹਾਨੂੰ ਪ੍ਰਾਪਤੀਆਂ ਦਾ ਜਸ਼ਨ ਮਨਾਉਂਦਾ ਹੈ ਸਗੋਂ ਉਹਨਾਂ ਨੇ ਬੇਅੰਤ ਸੰਭਾਵਨਾਵਾਂ ਨੂੰ ਵੀ ਦਰਸਾਉਂਦਾ ਹੈ ਜੋ ਉਦੋਂ ਮੌਜੂਦ ਹੁੰਦੀਆਂ ਹਨ ਜਦੋਂ ਨੌਜਵਾਨਾਂ ਦਾ ਦਿਮਾਗ ਤਬਦੀਲੀ ਦੇ ਜਨੂੰਨ ਲਈ ਪ੍ਰੇਰਿਤ ਕੀਤਾ ਹੁੰਦਾ ਹੈ ਅਮਰੀਕਾ ਦੇ ਹਿਊਸਟਨ ਯੂਨੀਵਰਸਿਟੀ ਚ ਪੜ ਰਹੀ ਭਾਰਤੀ ਮੂਲ ਦੀ ਵਿਦਿਆਰਥਣ ਤੇ ਆਸਮਾਨੀ ਬਿਜਲੀ ਡਿੱਗਣ ਕਾਰਨ ਉਸਤੇ ਦਿਮਾਗੀ ਅਸਰ ਪਹੁੰਚਿਆ ਹੈ ਅਤੇ ਉਸ ਦਾ ਹਸਪਤਾਲ ਤੇ ਇਲਾਜ ਚੱਲ ਰਿਹਾ ਹੈ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਪਰਿਵਾਰਿਕ ਸੂਤਰਾਂ ਅਨੁਸਾਰ ਸੁਸਰੂਨੀਆ ਕੈਡੂਰੂ ਯੂਐਚ ਯੂਐਸ ਵਿੱਚ ਸੂਚਨਾ ਟੈਕਨੋਲੋਜੀ ਦੀ ਪੜਾਈ ਕਰ ਰਹੀ ਹੈ ਜੁਲਾਈ ਨੂੰ ਉਹ ਸੈਨ ਜੈਕਿੰਟੋ ਮੈਮੋਰੀਅਲ ਪਾਰਕ ਵਿੱਚ ਇੱਕ ਤਲਾਬ ਕੰਢੇ ਆਪਣੇ ਦੋਸਤਾਂ ਨਾਲ ਘੁੰਮ ਰਹੀ ਸੀ ਜਦੋਂ ਉਸਤੇ ਆਸਮਾਨੀ ਬਿਜਲੀ ਡੇ ਗਈ ਸੁਸਰੂਨੀਆ ਕਡੂਰੂ ਦੇ ਚਟੇਰੇ ਪਰਾ ਸੁਰਿੰਦਰ ਕੁਮਾਰ ਕੋਠਾ ਨੇ ਦੱਸਿਆ ਕਿ ਕਾਸ਼ੀ ਬਿਜਲੀ ਦੀ ਚਪੇਟ ਵਿੱਚ ਆਉਣ ਕਾਰਨ ਉਹ ਤਲਾਬ ਚ ਟਿਕ ਗਈ ਇਸ ਤੋਂ ਬਾਅਦ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਸ ਤੇ ਦਿਮਾਗ ਤੇ ਵੀ ਅਸਰ ਪਿਆ ਕੋਟਾ ਨੇਵੀ ਕਿਹਾ ਕਿ ਉਸ ਨੂੰ ਲੰਬੇ ਸਮੇਂ ਲਈ ਅਤੇ ਤੁਰੰਤ ਡਾਕਟਰੀ ਦੇਖਭਾਲ ਦੀ ਲੋੜ ਹੈ ਭਾਰਤ ਵਿੱਚ ਰਹਿਣ ਵਾਲੇ ਕੋਡੂਰੂ ਦੇ ਮਾਪੇ ਉਸ ਨੂੰ ਤੇਜ਼ੀ ਨਾਲ ਠੀਕ ਹੋਣ ਵਿੱਚ ਮਦਦ ਕਰਨ ਲਈ ਆਪਣੇ ਘਰ ਲਿਉਣ ਦੀ ਕੋਸ਼ਿਸ਼ ਕਰ ਰਹੇ ਹਨ ਸੁਰਿੰਦਰ ਨੇਵੀ ਕਿਹਾ ਕਿ ਉਸ ਦੀ ਦੇਖਭਾਲ ਲਈ ਉਸ ਨੂੰ ਭਾਰਤ ਵਿੱਚ ਪਰਿਵਾਰ ਤੱਕ ਪਹੁੰਚਾਉਣ ਲਈ ਮਦਦ ਦੀ ਲੋੜ ਹੈ ਉਸ ਦੇ ਸਾਥੀਆਂ ਨੇ ਉਸ ਦੇ ਇਲਾਜ ਵਿੱਚ ਮਦਦ ਕਰਨ ਅਤੇ ਉਸ ਨੂੰ ਉਸ ਦੇ ਪਰਿਵਾਰ ਨਾਲ ਦੁਬਾਰਾ ਮਿਲਾਉਣ ਲਈ ਇੱਕ ਆਨਲਾਈਨ ਮੁਹਿੰਮ ਸ਼ੁਰੂ ਕੀਤੀ ਹੈ ਪੀਲ ਪੁਲਿਸ ਨੇ ਪੂਰੀ ਤਰ੍ਹਾਂ ਲੋਡ ਕੀਤੇ ਵਪਾਰਕ ਵਾਹਨਾਂ ਨੂੰ ਚੋਰੀ ਕਰਕੇ ਅਤੇ ਫਿਰ ਅਣਜਾਣੇ ਖਰੀਦਦਾਰਾਂ ਨੂੰ ਵੇਚਣ ਦੇ ਮਾਮਲੇ ਵਿੱਚ ਆਟੋ ਚੋਰੀ ਗਰੋਹ ਦੇ 15 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਵਿੱਚ ਵਧੇਰੇ ਲੋਕ ਭਾਰਤ ਨਾਲ ਸੰਬੰਧਿਤ ਹਨ ਪੁਲਿਸ ਦਾ ਕਹਿਣਾ ਹੈ ਕਿ ਪ੍ਰੋਜੈਕਟ ਬਿਗ ਰਿਗ ਵਜੋਂ ਜਾਣੀ ਜਾਂਦੀ ਤਫ਼ਤੀਸ਼ ਮਾਰਚ ਵਿੱਚ ਸ਼ੁਰੂ ਹੋਈ ਸੀ ਅਤੇ ਪੀਲ ਰੀਜਨਲ ਪੁਲਿਸ ਯੋਕ ਰੀਜਨਲ ਪੁਲਿਸ ਟੋਰਾਂਟੋ ਪੁਲਿਸ ਸਰਵਿਸ ਹਾਲਟਨ ਰੀਜਨਲ ਪੁਲਿਸ ਅਤੇ ਅੰਟੋਰੀਓ ਪ੍ਰੋਵੀਜ਼ਨਲ ਪੁਲਿਸ ਇਚਕਾਰ ਇੱਕ ਸਯੁਕਤ ਫੋਰਸ ਆਪਰੇਸ਼ਨ ਸੀ ਬੁੱਧਵਾਰ ਸਵੇਰੇ ਪੀਲ ਪੁਲਿਸ ਕਮਰਸ਼ੀਅਲ ਅਤੇ ਆਟੋ ਕ੍ਰਾਈਮ ਯੂਨਿਟ ਤੋਂ ਮਾਰਕ ਹੈਵਡ ਨੇ ਮਿਸੀ ਸਾਗਾ ਵਿੱਚ ਇੱਕ ਨਿਊਜ਼ ਕਾਨਫਰੰਸ ਕੀਤੀ ਇਸ ਦੌਰਾਨ ਡੀਟ ਨੇ ਕਿਹਾ ਇਸ ਜਾਸਦੇ ਨਤੀਜੇ ਵਜੋਂ ਜੀਟੀਏ ਦੇ ਅੰਦਰ 6 ਸਥਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਵਾਰੰਟ ਲਾਗੂ ਕੀਤੇ ਗਏ ਸਰ ਜਾਂਚ ਕਰਨ ਵਾਲੀ ਟੀਮ ਦੀ ਸਖਤ ਮਿਹਨਤ ਦੇ ذریعے ਮੈਨੂੰ ਇਹ ਸਾਂਝਾ ਕਰਨ ਵਿੱਚ ਖੁਸ਼ੀ ਹੋ ਰਹੀ ਹੈ ਕਿ ਜਾਂਚ ਦੇ ਨਤੀਜੇ ਵਜੋਂ 6.99 ਮਿਲੀਅਨ ਡਾਲਰ ਦੀ ਕੀਮਤ ਦੇ ਚੋਰੀ ਹੋਏ ਮਾਲ ਦੇ 28 ਕੰਟੇਨਰ ਬਰਾਮਦ ਹੋਏ ਹਨ 2.25 ਮਿਲੀਅਨ ਡਾਲਰ ਦੀ ਕੀਮਤ ਦੇ ਇੱਕ ਵਾਧੂ 28 ਚੋਰੀ ਹੋਏ ਟਰੈਕਟਰ ਅਤੇ ਟਰੈਲਰ ਬਰਾਮਦ ਕੀਤੇ ਗਏ ਹਨ ਰਿਕਵਰੀ ਦਾ ਕੁੱਲ ਮੁੱਲ 9.24 ਮਿਲੀਅਨ ਡਾਲਰ ਹੈ ਪੀਲ ਰੀਜਨਲ ਪੁਲਿਸ ਦੇ ਡਿਪਟੀ ਚੀਫ ਨਿਕ ਮਿਲਿਨੋਵਿਚ ਨੇ ਵੀ ਬੁੱਧਵਾਰ ਦੀ ਨਿਊਜ਼ ਕਾਨਫਰੰਸ ਦੇ ਵਿੱਚ ਹਿੱਸਾ ਲਿਆ ਅਤੇ ਕਿਹਾ ਕਿ ਦੇਸ਼ ਦੇ ਸਭ ਤੋਂ ਵੱਡੇ ਆਵਾਜਾਈ ਕੇਂਦਰਾਂ ਵਿੱਚੋਂ ਇੱਕ ਹੋਣ ਦੇ ਨਾਤੇ ਪੀਲ ਖੇਤਰ ਅਕਸਰ ਸੰਗਠਿਤ ਵਪਾਰਕ ਆਟੋ ਅਤੇ ਕਾਰਗੋ ਚੋਰੀ ਦਾ ਨਿਸ਼ਾਨਾ ਬਣਦਾ ਹੈ। ਇਨ੍ਹਾਂ ਸਾਰਿਆਂ ਦੀ ਸੂਚੀ ਦੇ ਵਿੱਚ ਨੌਜਵਾਨਾਂ ਦੇ ਨਾਮ ਸ਼ਾਮਲ ਹਨ ਉਸ ਤਰੀਕੇ ਨਾਲ ਜਿਸ ਵਿੱਚ ਬਲਕਾਰ ਸਿੰਘ ਅਜੇ ਮਨਜੀਤ ਪੱਜਾ ਜਗਜੀਵਨ ਸਿੰਘ ਅਮਨਦੀਪ ਬੇਦਵਾਨ ਕਰਮਸ਼ੰਤ ਸਿੰਘ ਜਸਵਿੰਦਰ ਅਟਵਾਲ ਲਖਵਿੰਦਰ ਸਿੰਘ ਜਗਪਾਲ ਸਿੰਘ ਉਪਕਰਨ ਸੰਧੂ ਸੁਖਵਿੰਦਰ ਸਿੰਘ ਕੁਲਵੀਰ ਬੈਸ ਸੁਖਨਿੰਦਰ ਢਿੱਲੋਂ ਸ਼ੋਭਿਤ ਵਰਮਾ ਬਲਸ਼ਿੰਦਰ ਲਲਸਰਾ ਦੇ ਨਾਮ ਸ਼ਾਮਲ ਹਨ ਇਹ ਸਾਰੇ ਪੰਜਾਬ ਮੂਲ ਦੇ ਵਾਸੀ ਹਨ ਵਰਕ ਵੀਜ਼ਾ ਤੇ ਵਿਦੇਸ਼ ਜਾਣ ਦੇ ਚੱਕਰ 'ਚ ਔਰਤ ਨਾਲ ਲੱਖਾਂ ਰੁਪਏ ਦੀ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਜਨਤਾ ਕਲੋਨੀ ਦੇ ਰਹਿਣ ਵਾਲੀ ਸੰਤੋਸ਼ ਰਾਣੀ ਨੇ ਵਰਕ ਵੀਜ਼ਾ ਦੇ ਪੋਲੈਂਡ ਜਾਣਾ ਸੀ। ਪੀੜਤਾ ਦਾ ਦੋਸ਼ ਹੈ ਕਿ ਵਿਦੇਸ਼ ਭੇਜਣ ਦੇ ਨਾਂ ਤੇ ਟਰੈਵਲ ਏਜੰਟ ਨੇ ਉਸ ਨਾਲ 2,70,000 ਰੁਪਏ ਦੀ ਠੱਗੀ ਮਾਰੀ ਹੈ। ਇਸ ਤੋਂ ਬਾਅਦ ਉਹਨਾਂ ਨੇ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ। ਦੋਸ਼ੀ ਦੀ ਪਛਾਣ ਫਲੋਰ ਦੇ ਰਹਿਣ ਵਾਲੇ ਸੁਨੀਲ ਬਾਉਂਸਰ ਸੁਮਿਤ ਵਾਸੀ ਮੁੰਬਈ ਸਿਆ ਬੈਂਕਰ ਮੈਨੇਜਰ ਮਨਪ੍ਰੀਤ ਸਿੰਘ ਵਿਨੇ ਹਾਰਲਾਲ ਮੁੰਬਈ ਨਿਸ਼ਾਦ ਅੰਮ੍ਰਿਤਸਰ ਵੱਜੋਂ ਹੋਈ ਹੈ ਪੁਲਿਸ ਨੇ ਪੀੜਤਾ ਦੇ ਬਿਆਨਾਂ ਤੇ ਉਕਤ ਦੋਸ਼ਿਆ ਖਿਲਾਫ ਇਮੀਗ੍ਰੇਸ਼ਨ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਇਹ ਮਾਮਲਾ ਸਾਰਾ ਲੁਧਿਆਣਾ ਦਾ ਹੈ ਚੰ드ਰੀਆਨ 3 ਨੂੰ ਲਾਂਚ ਕਰਨ ਤੋਂ ਬਾਅਦ ਭਾਰਤੀ ਪੁਲਾੜ ਏਜੰਸੀ ਇਸਰੋ ਨੇ ਹੁਣ ਇੱਕ ਹੋਰ ਹੈਰਾਨੀ ਜਨਕ ਕੰਮ ਕਰਨ ਦੀ ਦਿਸ਼ਾ 'ਚ ਕਦਮ ਪੁੱਟਿਆ ਹੈ PSLV ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ISRO ਨੇ ਹੁਣ ਪਰਮਾਣੂ ਸੰਚਾਲਿਤ ਰੋਕਟ ਲਈ ਇੰਜਣ ਬਣਾਉਣ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਲਈ ISRO ਨੇ ਦੇਸ਼ ਦੀ ਪ੍ਰਮੁੱਖ ਪਰਮਾਣੂ ਏਜੰਸੀ ਬਾਬਾ ਐਟਮਿਕ ਰਿਸਰਚ ਸੈਂਟਰ ਨਾਲ ਹੱਥ ਮਿਲਾਇਆ ਹੈ। ਮਹਾਰਾ ਦੇ ਅਨੁਸਾਰ ਕੈਮੀਕਲ ਨਾਲ ਚੱਲਣ ਵਾਲੇ ਇੰਜਨ ਇੱਕ ਸੀਮਾ ਤੱਕ ਹੀ ਠੀਕ ਹੁੰਦੇ ਹਨ ਜੇਕਰ ਤੁਸੀਂ ਕਿਸੇ ਪੁਲਾੜ ਯਾਨ ਨੂੰ ਅਨੰਤ ਪੁਲਾੜ ਵਿੱਚ ਭੇਜਣਾ ਚਾਹੁੰਦੇ ਹੋ ਜਾਂ ਇੱਕ ਗ੍ਰਹਿ ਤੋਂ ਦੂਜੇ ਗ੍ਰਹਿ ਦੀ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਸਿਰਫ ਪਰਮਾਣੂ ਸੰਚਾਲਿਤ ਵਾਹਨ ਹੀ ਕਾਰਗਰ ਸਾਬਤ ਹੋ ਸਕਦੇ ਹਨ ਰਿਪੋਰਟ ਮੁਤਾਬਕ ਕੈਮੀਕਲ ਨਾਲ ਚੱਲਣ ਵਾਲੇ ਰੋਕੇਟ 'ਚ ਇੰਨਾ ਇੰਦਰ ਨਹੀਂ ਭਰਿਆ ਜਾ ਸਕਦਾ ਜਿਸ ਦੀ ਮਦਦ ਦੇ ਨਾਲ ਉਹ ਪੁਲਾੜ 'ਚ ਬਹੁਤ ਲੰਬੀ ਦੂਰੀ ਤੱਕ ਸਫ਼ਰ ਕਰ ਸਕਣ ਦੂਜੇ ਪਾਸੇ ਜੇਕਰ ਅਸੀਂ ਸੋਰ ਊਰਜਾ ਦੀ ਗੱਲ ਕਰੀਏ ਤਾਂ ਪੁਲਾੜ ਦੇ ਵਿੱਚ ਕਾਫੀ ਲੰਮੀ ਦੂਰੀ ਤੈਅ ਕਰਨ ਤੋਂ ਬਾਅਦ ਸੂਰਜ ਦੀ ਰੋਸ਼ਨੀ ਨਹੀਂ ਹੋਵੇਗੀ ਜਿਸ ਕਾਰਨ ਰੋਕੇਟ ਨੂੰ ਚਲਾਉਣਾ ਮੁਸ਼ਕਲ ਹੋ ਜਾਵੇਗਾ ਪੰਜਾਬ ਦੇ ਸਰਕਾਰੀ ਸਕੂਲ ਦੇ ਪ੍ਰਿੰਸੀਪਲਾਂ ਦਾ ਤੀਸਰਾ ਜੱਥਾ ਵਿਦੇਸ਼ ਜਾਣ ਲਈ ਤਿਆਰ ਹੈ ਸਰਕਾਰ ਨੇ ਪੰਜਾਬ ਦੇ ਵੱਖ-ਵੱਖ ਸਰਕਾਰੀ ਸਕੂਲਾਂ ਤੋਂ ਪ੍ਰਿੰਸੀਪਲਾਂ ਦੀ ਲਿਸਟ ਤਿਆਰ ਕਰ ਲਈ ਹੈ ਤੀਸਰੇ ਜੱਥੇ ਦੇ ਵਿੱਚ 72 ਪ੍ਰਿੰਸੀਪਲ ਰੱਖੇ ਗਏ ਹਨ ਜੋ ਸਿੰਗਾਪੁਰ ਜਾਣਗੇ ਇਹਨਾਂ 72 ਪ੍ਰਿੰਸੀਪਲ 24 ਤੋਂ 28 ਜੁਲਾਈ ਤੱਕ 5 ਦਿਨਾਂ ਦੇ ਲਈ ਸਿੰਗਾਪੁਰ ਵਿੱਚ ਸਿਖਲਾਈ ਲੈਣਗੇ ਇਸ ਤੋਂ ਬਾਅਦ ਜੋ ਲੋਕ ਉੱਥੇ ਸਿੱਖ ਕੇ ਆਉਣਗੇ ਉਹ ਆਪਣੇ ਸਕੂਲਾਂ ਵਿੱਚ ਇਸ ਨੂੰ ਲਾਗੂ ਕਰਨਗੇ ਪ੍ਰਿੰਸੀਪਲ ਚੰਡੀਗੜ੍ਹ ਤੋਂ ਟ੍ਰੇਨਿੰਗ ਲਈ ਰਵਾਨਾ ਹੋਣਗੇ ਉਹਨਾਂ ਨੂੰ ਖੁਦ ਸਿੱਖੇ ਮંત્રી ਹਰਜੋਤ ਬੈਂਸ ਹਰੀ ਚੰਡੀ ਦੇ ਕੇ ਰਵਾਨਾ ਕਰਨਗੇ ਪੰਜਾਬ ਨੂੰ ਸਿੱਖਿਆ ਦੇ ਖੇਤਰ ਚ ਟੌਪ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੱਡੀ ਪਹਿਲ ਕੀਤੀ ਹੈ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ ਜਿਸ ਲਈ ਉਹਨਾਂ ਨੂੰ ਸਿੰਗਾਪੁਰ ਭੇਜਿਆ ਜਾ ਰਿਹਾ ਹੈ ਪਹਿਲੇ ਬੈਚ ਵਿੱਚ 36 ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਨੂੰ ਭੇਜਿਆ ਗਿਆ ਸੀ ਜੋ 4 ਫਰਵਰੀ ਨੂੰ ਪੰਜਾਬ ਤੋਂ ਸਿੰਗਾਪੁਰ ਲਈ ਰਵਾਨਾ ਹੋਏ ਸੀ ਤੇ ਇਨ੍ਹਾਂ ਪ੍ਰਿੰਸੀਪਲਾਂ ਦਾ ਸਿਖਲਾਈ ਪ੍ਰੋਗਰਾਮ 6 ਤੋਂ 10 ਫਰਵਰੀ ਤੱਕ ਚੱਲਿਆ ਸੀ ਇਹ ਪ੍ਰਿੰਸੀਪਲ 11 ਫਰਵਰੀ ਨੂੰ ਵਾਪਸ ਛੱਡਿਗੜ ਪਹੁੰਚੇ ਸਨ ਇਸ ਤੋਂ ਬਾਅਦ ਹੁਣ 72 ਪ੍ਰਿੰਸੀਪਲਾਂ ਦਾ ਜੱਥਾ ਦੁਆਰਾ ਰਵਾਨਾ ਕੀਤਾ ਗਿਆ ਹੈ ਮੌਨਸੂਨ ਦੌਰਾਨ ਪੱਛਮੀ ਗੜਬੜੀ ਦੇ ਸਰ ਗਰਮੀ ਕਾਰਨ ਸਵੇਰੇ ਚ ਲਗਾਤਾਰ ਬਾਰਿਸ਼ ਹੋ ਰਹੀ ਹੈ ਮੌਸਮ ਵਿਭਾਗ ਕੇਂਦਰ ਚੰਡੀਗੜ੍ਹ ਨੇ ਪੰਜਾਬ ਚ ਭਾਰੀ ਬਾਰਿਸ਼ ਦਾ yellow alert ਜਾਰੀ ਕੀਤਾ ਹੈ ਵਿਪາກ ਦੀ ਜਾਣਕਾਰੀ ਮੁਤਾਬਕ 22 ਤੇ 23 ਜੁਲਾਈ ਨੂੰ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਚ ਭਾਰੀ ਬਾਰਿਸ਼ ਹੋ ਸਕਦੀ ਹੈ ਖਾਸ ਤੌਰ ਤੇ ਪਠਾਨਕੋਟ ਹੁਸ਼ਿਆਰਪੁਰ ਅੰਮ੍ਰਿਤਸਰ ਲੁਧਿਆਣਾ ਪਟਿਆਲਾ ਸ਼ਹੀਦ ਭਗਤ ਸਿੰਘ ਨਗਰ ਰੋਪੜ ਮੋਹਾਲੀ ਚੰਡੀਗੜ੍ਹ ਮੋਗਾ ਤੇ ਫਰੀਦਕੋਟ ਸ਼ਾਮਲ ਹਨ ਇਸ ਤੋਂ ਪਹਿਲਾਂ 20 ਤੇ 21 ਜੁਲਾਈ ਨੂੰ ਹਲਕੀ ਤੋਂ ਦਰਮਿਆਨੀ ਬਾਰਿਸ਼ ਤੇ ਗਰਜ ਨਾਲ ਛਿਟਾ ਪੈਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਬੁੱਧਵਾਰ ਨੂੰ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੌਲੇ ਧਾਰ ਮੀ ਪਿਆ ਮੌਸਮ ਕੇਂਦਰ ਮੁਤਾਬਿਕ ਪਠਾਨਕੋਟ ਚ ਸਵੇਰੇ 5 ਵਜੇ ਤੋਂ ਸ਼ਾਮ 8:30 ਵਜੇ ਦੌਰਾਨ 30 ਮਿਲੀਮੀਟਰ ਬਾਰਿਸ਼ ਹੋਈ ਜਦਕਿ ਪਟਿਆਲਾ ਚ 38 ਲੁਧਿਆਣਾ ਚ 28 ਅਮ੍ਰਿਤਸਰ ਚ 4 ਫਿਰੋਜ਼ਪੁਰ ਚ 10 ਜਲੰਧਰ ਚ 1.5 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਹੈ ਇਸ ਤੋਂ ਇਲਾਵਾ ਚੰਡੀਗੜ੍ਹ ਤੇ ਗੁਰਦਾਸਪੁਰ ਚ ਵੀ ਹਲਕੀ ਬਾਰਿਸ਼ ਹੋਈ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਅਨੁਸਾਰ ਪੰਜਾਬ ਨੂੰ ਸੁਰੱਖਿਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ਦੌਰਾਨ ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੇ ਬੁੱਧਵਾਰ ਨੂੰ ਲੋਰੈਂਸ ਬਿਸ਼ਨੋਈ ਗੈਂਗ ਦੇ ਇੱਕ ਮੈਂਬਰ ਨੂੰ ਗ੍ਰਿਫਤਾਰ ਕੀਤਾ ਜੋ ਮੁਹਾਲੀ ਚੰਡੀਗੜ੍ਹ ਅਤੇ ਆਸ-ਪਾਸ ਦੇ ਖੇਤਰਾ ਵਿੱਚ ਸਰਮਾਏਦਾਰ ਵਿਅਕਤੀਆਂ ਨੂੰ ਧਮਕੀ ਭਰੀਆਂ ਕੋਲਾ ਕਰਕੇ ਫਰੋਤੀ ਦੀ ਮੰਗ ਕਰਦਾ ਸੀ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਕਸ਼ਮੀਰ ਸਿੰਘ ਉਰਫ ਬੋਬੀ ਸ਼ੂਟਰ ਵਜੋਂ ਹੋਈ ਹੈ ਜੋ ਕਿ ਪਟਿਆਲਾ ਦੇ ਪਿੰਡ ਕੰਗਰੋਲੀ ਦਾ ਰਹਿਣ ਵਾਲਾ ਹੈ ਅਤੇ ਪੇਸ਼ੇ ਵਜੋਂ ਟੈਕਸੀ ਡਰਾਈਵਰ ਹੈ ਪੁਲਿਸ ਟੀਮਰ ਨੇ ਉਕਤ ਕੋਲੋਂ 2 ਜਿੰਦਾ ਕਾਰਤੂਸ ਸਮੇਤ ਇੱਕ ਦੇਸੀ ਪਿਸਤੌਲ ਵੀ ਬਰਾਮਦ ਕਹਿੰਦੀ ਹੈ AIG SSOC SAS ਮੁਹਾਲੀ ਅਸ਼ਵਰੀ ਕਪੂਰ ਨੇ ਕਿਹਾ ਕਿ ਲਾਲਜ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਹੋਣ ਦਾ ਦਾਵਾ ਕਰਨ ਵਾਲੇ ਵਿਅਕਤੀ ਵੱਲੋਂ ਜ਼ਬਰਨ ਵਸੂਲੀ ਦੀਆਂ ਕੋਸ਼ਿਸ਼ਾਂ ਤੇ ਧਮਕੀਆਂ ਭਰੀਆਂ ਫੋਨ ਕਾਲਾਂ ਸੰਬੰਧੀ ਕਈ ਰਿਪੋਰਟਾਂ ਤੋਂ ਬਾਅਦ ਪੁਲਿਸ ਟੀਮਾਂ ਨੇ ਮਾਮਲੇ ਦੀ ਵਿਆਪਕ ਜਾਂਚ ਸ਼ੁਰੂ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਐਡਵਾਂਸ ਇੰਟੈਲੀਜੈਂਸ ਇਕੱਤਰ ਕਰਕੇ ਪੁਲਿਸ ਨੇ ਬੋਬੀ ਨੂੰ ਜ਼ਿਲ੍ਹਾ ਖੰਨਾ ਤੋਂ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ AIG ਕਪੂਰ ਨੇ ਦੱਸਿਆ ਕਿ ਕਸ਼ਮੀਰ ਉਰਫ ਬੋਬੀ ਚੰਡੀਗੜ੍ਹ ਮੁਹਾਲੀ ਅਤੇ ਹੋਰ ਆਸ-ਪਾਸ ਇਲਾਕਿਆਂ ਵਿੱਚ ਨਾਈਟ ਕਲੱਬਾਂ ਅਤੇ 12 ਦੇ ਮਾਲਕਾਂ ਸਮੇਤ ਅਮੀਰ ਵਿਅਕਤੀਆਂ ਨੂੰ ਧਮਕਾ ਕੇ ਜ਼ਬਰਨ ਵਸੂਲੀ ਕਰਦਾ ਸੀ ਜ਼ਿਕਰਯੋਗ ਹੈ ਕਿ ਥਾਣਾ ਐਸ ਐਸ ਓ ਸੀ ਐਸ اے ਐਸ ਨਗਰ ਵਿਕੇ ਅਸਲਾ ਐਕਟ ਦੀ ਧਾਰਾ 25 54 59 ਤਹਿਤ ਐਫ ਆਈ ਆਰ ਨੰਬਰ 10 ਦਰਜ ਕਰ ਲਿਆ ਗਿਆ ਹੈ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਲੋਕ ਸਭਾ ਵਿੱਚ ਸੰਸਦ ਮੈਂਬਰ ਵਜੋਂ ਸੋਣ ਚੋਕ ਲਈ ਹੈ ਮਈ ਮਹੀਨੇ ਦੌਰਾਨ ਹੋਈ ਜਲੰਧਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਦੌਰਾਨ ਸੁਸ਼ੀਲ ਕੁਮਾਰ ਰਿੰਕੂ ਨੇ ਜਿੱਤ ਹਾਸਲ ਕੀਤੀ ਸੀ ਸੁਸ਼ੀਲ ਕੁਮਾਰ ਰਿੰਕੂ ਨੇ ਜ਼ਿਮਨੀ ਚੋਣ 57000 ਤੋਂ ਵੱਧ ਵੋਟਾਂ ਨਾਲ ਜਿੱਤੀ ਸੀ ਚੋਣਾਂ ਤੋਂ ਪਹਿਲਾਂ ਸੁਸ਼ੀਲ ਕੁਮਾਰ ਨੇ ਹਰ ਵਰਗ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਸਨ ਜ਼ਿਕਰ ਹੋਇਆ ਹੈ ਕਿ ਰਾਜ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਕਈ ਸੰਸਦ ਮੈਂਬਰ ਹਨ ਭਗਵੰਤ ਮਾਨ ਦੇ ਮੁੱਖ ਮੰਤਰੀ ਬਨਣ ਤੋਂ ਬਾਅਦ ਲੋਕ ਸਭਾ 'ਚ ਆਪ ਦਾ ਕੋਈ ਮੈਂਬਰ ਨਹੀਂ ਬਚਿਆ ਸੀ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਦਿੱਲੀ ਤੋਂ ਆਮ ਆਦਮੀ ਪਾਰਟੀ ਦਾ ਕੋਈ ਵੀ ਸੰਸਦ ਮੈਂਬਰ ਨਹੀਂ ਚੁਣ ਸਕਿਆ ਉੱਥੇ ਭਾਜਪਾ ਨੇ ਸਾਰੀਆਂ 7 ਸੀਟਾਂ ਜਿੱਤਿਆ ਸਨ ਹੁਣ ਜਲੰਧਰ ਟਿਮਨੀਚੋਂ ਜਿੱਤਣ ਤੋਂ ਬਾਅਦ ਸੁਸ਼ੀਲ ਕੁਮਾਰ ਰਿੰਕੂ ਨੂੰ ਲੋਕ ਸਭਾ ਚ ਆਪ ਦੇ ਇਕਲੋਤੇ ਸੰਸਦ ਮੈਂਬਰ ਵਜੋਂ ਆਪਣੀ ਭੂਮਿਕਾ ਨਿਭਾਉਣ ਦੀ ਪਵੇਗੀ ਜ਼ਿਕਰਯੋਗ ਹੈ ਕਿ ਪੰਜਾਬ ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿੱਚ 14 ਜਨਵਰੀ ਨੂੰ ਜਲੰਧਰ ਤੋਂ ਕਾਂਗਰਸ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦਾ ਦਿਲ ਦਾ ਦੌਰਾ ਪੈਣ ਕਰਕੇ ਦੇਹਾਂਦ ਹੋ ਗਿਆ ਸੀ ਅਚਾਨਕ ਸਿਹਤ ਖਰਾਬ ਹੋਣ ਮਗਰੋਂ ਉਹਨਾਂ ਨੂੰ ਤੁਰੰਤ ਫਗਵਾੜਾ ਹਸਪਤਾਲ ਲਿਜਾਇਆ ਗਿਆ ਸੀ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਬ੍ਰਿਤਿਕਲਨ ਕਰ ਦਿੱਤਾ ਸੀ ਭ੍ਰਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਤੁਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਬੁੱਧਵਾਰ ਨੂੰ ਸਾਲ 2019 ਦੇ ਵਿੱਚ ਸੇਵਾਦਾਰ ਸੰਤ ਦਿਆਲ ਦਾਸ ਦੇ ਕਤਲ ਕੇਸ ਵਿੱਚੋਂ ਕਲੀਨ ਚਿੱਟ ਹਾਸਲ ਕਰ ਚੁੱਕੇ ਵਿਅਕਤੀ ਨੂੰ ਮੁੜ ਨਾਮਜ਼ਦ ਕਰਨ ਬਦਲੇ 20 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ 'ਤੇ ਡਿਪਟੀ ਸੁਪਰਡੈਂਟ ਆਫ ਪੁਲਿਸ ਸੁਸ਼ੀਲ ਕੁਮਾਰ ਨੂੰ ਗ੍ਰਿਫਤਾਰ ਕੀਤਾ। ਜ਼ਿਕਰ ਹੋਇਆ ਹੈ ਕਿ 7 ਨਵੰਬਰ 2019 ਨੂੰ ਕੋਟਕਪੂਰਾ ਦੇ ਪਿੰਡ ਕੋਟ ਸੁਖਿਆ ਸਥਿਤ ਡੇਰਾ ਬਾਬਾ ਹਰਕਾਦਾਸ ਵਿਖੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਸੰਤ ਦਿਆਲ ਦਾਸ ਦੀ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਸੰਤ ਬਾਬਾ ਹਰੀਦਾਸ ਜੀ ਦੇ ਚੇਲੇ ਸੰਤ ਗਗਨ ਦਾਸ ਦੀ ਸ਼ਿਕਾਇਤ ਤੇ ਦੋ ਅਣਪਛਾਤੇ ਵਿਅਕਤੀਆਂ ਅਤੇ ਸੰਤ ਜਨੈਲ ਦਾਸ ਕਪੂਰੇ ਵਾਲੀਆਂ ਖਿਲਾਫ ਖਾਨਾ ਸਦਰ ਕੋਟਕਪੂਰਾ ਵਿਕੇ ਕਤਲ ਕੇਸ ਦਰਜ ਕੀਤਾ ਗਿਆ ਸੀ ਇਸ ਉਪਰਾੰਤ ਡੀਐਸਪੀ ਹੈੱਡਕੁਆਟਰ ਮੋਗਾ ਰਵਿੰਦਰ ਸਿੰਘ ਵੱਲੋਂ ਕੇਸ ਵਿੱਚ ਨਾਮਜ਼ਦ ਸੰਤ ਜਨੈਲ ਦਾਸ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਤੇ ਆਈਜੀਪੀ ਫਰੀਦਕੋਟ ਰੇਂਜ ਪ੍ਰਦੀਪ ਕੁਮਾਰ ਯਾਦਵ ਨੇ ਐਸਪੀ ਫਰੀਦਕੋਟ ਗਗਨੇਸ਼ ਕੁਮਾਰ ਦੀ ਗਵਾਹੀ ਦੇ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਇਸ ਐਸ ਆਈ ਟੀ ਵਿੱਚ ਡੀ ਐਸ ਪੀ ਫਰੀਦਕੋਟ ਸੁਸ਼ੀਲ ਕੁਮਾਰ ਸਮੇਤ ਡੀ ਐਸ ਪੀ ਬਾਗਾਪੁਰਾਣਾ ਜਸਜੋਤ ਸਿੰਘ ਅਤੇ ਐਸ ਆਈ ਖੇਮਚੰਦ ਟੀਮ ਮੈਂਬਰਾਂ ਵੱਜੋਂ ਸ਼ਾਮਲ ਸਨ ਬੁਲਾਰੇ ਨੇ ਦੱਸਿਆ ਕਿ 8 ਨਵੰਬਰ 2022 ਨੂੰ ਐਸਪੀ ਗਗਨੇਸ਼ ਕੁਮਾਰ ਅਤੇ ਡੀਐਸਪੀ ਸੁਸ਼ੀਲ ਕੁਮਾਰ ਨੇ ਸੰਤ ਜਨੈਲ ਦਾਸ ਕਪੂਰੇ ਵਾਲਿਆਂ ਨੂੰ ਮੋੜ ਨਾਮਜ਼ਦ ਕਰਨ ਅਤੇ ਗ੍ਰਿਫਤਾਰ ਕਰਨ ਅਤੇ ਇਸ ਮਾਮਲੇ ਵਿੱਚ ਸੰਤ ਗਗਨ ਦਾਸ ਦੀ ਮਦਦ ਕਰਨ ਲਈ ਉਸ ਤੋਂ 50 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਇਹ ਸੌਦਾ 35 ਲੱਖ ਰੁਪਏ ਵਿੱਚ ਤੈਅ ਹੋਇਆ ਅਤੇ ਉਕਤ ਅਧਿਕਾਰੀ ਪਹਿਲਾਂ ਹੀ ਦੋ ਕਿਸ਼ਤਾਂ ਵਿੱਚ 20 ਲੱਖ ਰੁਪਏ ਲੈ ਚੁੱਕੇ ਸਨ ਜਿਨ੍ਹਾਂ ਵਿੱਚ 9 ਨਵੰਬਰ 2022 ਅਤੇ 22 ਨਵੰਬਰ 2022 ਨੂੰ ਕਰਮਵਾਰ 15 ਲੱਖ ਅਤੇ 5 ਲੱਖ ਰੁਪਏ ਰਿਸ਼ਵਤ ਦੇ ਤੌਰ ਤੇ ਦਿੱਤੇ ਗਏ ਸਨ ਬੁਲਾਰੇ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਵਿਜਲੈਂਸ ਬਿਊਰੋ ਫਿਰੋਜ਼ਪੁਰ ਰੇਂਜ ਦੀਆਂ ਪੁਲਿਸ ਟੀਮਾਂ ਨੇ ਡੀਐਸਪੀ ਸੁਸ਼ੀਲ ਕੁਮਾਰ ਜੋ ਇਸ ਸਮੇਂ 3 ਆਈਆਰਬੀ ਲੁਧਿਆਣਾ ਵਿੱਚ ਤਾਇਨਾਤ ਹੈ ਉਸ ਨੂੰ ਗ੍ਰਿਫਤਾਰ ਕੀਤਾ ਹੈ ਦੋਸ਼ੀ ਡੀਐਸਪੀ ਨੂੰ ਵੀਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਭਾਰਤੀ ਰੇਲਵੇ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਖੁਸ਼ਖਬਰੀ ਹੈ ਹੁਣ ਟ੍ਰੇਨ ਦੇ ਜਨਰਲ ਕੋਚ 'ਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਖਾਣ-ਪੀਣ ਦੀ ਚਿੰਤਾ ਨਹੀਂ ਕਰਨੀ ਪਵੇਗੀ ਸਟੇਸ਼ਨ ਤੇ ਪਲੇਟਫਾਰਮ ਤੇ ਹੀ ਜਨਰਲ ਕੋਚ ਦੇ ਸਾਹਮਣੇ ਇਕਨੋਮੀ ਮੀਲ ਦਾ ਸਟਾਲ ਲੱਗਿਆ ਹੋਵੇਗਾ ਇਨ੍ਹਾਂ ਸਟਾਲਾਂ ਤੇ ਖਾਣ-ਪੀਣ ਦੀਆਂ ਚੀਜ਼ਾਂ ਬਹੁਤ ਹੀ ਸਸਤੇ ਭਾਅ ਤੇ ਉਪਲਬਧ ਹੋਣਗੀਆਂ ਦੱਸ ਦੇ ਕਿ ਜਨਰਲ ਕੋਚ 'ਚ ਸਫ਼ਰ ਕਰਨ ਵਾਲਿਆਂ ਨੂੰ ਖਾਣ-ਪੀਣ ਲਈ ਸਟੇਸ਼ਨ ਤੇ ਭਟਕਣਾ ਪੈਂਦਾ ਹੈ ਅਜਿਹੇ 'ਚ ਰੇਲਵੇ ਨੇ ਜਨਰਲ ਕੋਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਵੱਡਾ ਤੋਹਫ਼ਾ ਦੇ ਇਕਨੋਮੀ ਮੀਲ ਦੀ ਸ਼ੁਰੂਆਤ ਕੀਤੀ ਹੈ ਰੇਲਵੇ ਬੋਰਡ ਵੱਲੋਂ 27 ਜੂਨ 2023 ਨੂੰ ਜਾਰੀ ਇੱਕ ਪੱਤਰ ਵਿੱਚ ਜੀਐਸ ਕੋਚਾਂ ਦੇ ਨੇੜੇ ਪਲੇਟਫਾਰਮ ਤੇ ਸਸਤਾ ਭੋਜਨ ਪਰੋਸਣ ਦੇ ਨਿਰਦੇਸ਼ ਦਿੱਤੇ ਗਏ ਸਨ ਇਨ੍ਹਾਂ ਕਾਊਂਟਰਾਂ ਦੀ ਸਥਿਤੀ ਜਰਨਲ ਰੇਲਵੇ ਦੁਆਰਾ ਤੈਅ ਕੀਤੀ ਜਾਣੀ ਹੈ ਰੇਲਵੇ ਦੁਆਰਾ ਤੈਅ ਭੋਜਨ ਦੀ ਕੀਮਤ ਵਿੱਚ ਯਾਤਰੀਆਂ ਨੂੰ ਪੂਰੀ ਸਬਜ਼ੀਆਂ ਤੇ ਅਚਾਰ ਦਾ ਇੱਕ ਪੈਕੇਟ 20 ਰੁਪਏ ਵਿੱਚ ਮਿਲੇਗਾ ਇਸ ਵਿੱਚ 7 ਪੂਰੀਆਂ 150 ਗ੍ਰਾਮ ਸਬਜ਼ੀ ਤੇ ਅਚਾਰ ਸ਼ਾਮਲ ਹੋਣਗੇ ਹੜਾਦੇਮ ਮਾਰੇ ਕਿਸਾਨਾਂ ਉੱਪਰ ਹੁਣ ਚੋਰਾਂ ਨੇ ਕਹਿ ਟੋਣਾ ਸ਼ੁਰੂ ਕਰ ਦਿੱਤਾ ਹੈ। ਚੋਰ ਟਰਾਂਸਫਾਰਮਰ ਨੂੰ ਨਿਸ਼ਾਨਾ ਬਣਾ ਰਹੇ ਹਨ ਜਿਸ ਨਾਲ ਕਿਸਾਨਾਂ ਦੇ ਟਿਊਬਵਲ ਬੰਦ ਹੋ ਰਹੇ ਹਨ। ਖੰਨਾ ਚ ਚੋਰਾਂ ਦੇ ਹੌਸਲੇ ਇੰਨੇ ਉੱਚੇ ਹਨ ਕਿ ਉਹ ਲਗਾਤਾਰ 6 ਘੰਟੇ ਵਾਰਦਾਤਾ ਨੂੰ ਅੰਜਾਮ ਦਿੰਦੇ ਰਹੇ। ਚੋਰਾਂ ਵੱਲੋਂ 1.5 ਕਿਲੋਮੀਟਰ ਦੇ ਦਾਇਰੇ ਵਿੱਚ 5 ਟਰਾਂਸਫਾਰਮ ਚੋਰੀ ਕੀਤੇ ਗਏ। ਹਾਸਲ ਜਾਣਕਾਰੀ ਮੁਤਾਬਕ ਚੋਰ ਮਹਿੰਦਰਾ ਜੀ ਵਿੱਚ ਸਵਾਰ ਹੋ ਕੇ ਦੋ ਪਿੰਡ ਦਾਉਦਪੁਰ ਕਲਾਲ ਮਾਜ਼ਰਾ ਵਿੱਚ ਘੁੰਮਦੇ ਰਹੇ ਤੇ ট্রান্সਫਾਰਮ ਚੋਰੀ ਕਰਕੇ ਲੈ ਗਏ ਇਸ ਘਟਨਾ ਕਾਰਨ ਜਿੱਥੇ ਵਿਭਾਗ ਦਾ ਕਰੀਬ 5 ਲੱਖ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ ਉੱਤੇ ਹੁਣ 40 ਕਿਸਾਨਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਹੈ ਇਸ ਕਾਰਨ ਝੋਨੇ ਦੀ ਫਸਲ ਨੂੰ ਨੁਕਸਾਨ ਹੋਣ ਦਾ ਖਤਰਾ ਬਣਿਆ ਹੋਇਆ ਹੈ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਕਿਸਾਨਾਂ ਨੇ ਚੋਰੀ ਦੀ ਘਟਨਾ ਸੰਬੰਧੀ ਪੁਲਿਸ ਤੇ ਬਿਜਲੀ ਵਿਭਾਗ ਨੂੰ ਸੂਚਿਤ ਕਰ ਦਿੱਤਾ ਹੈ ਬਿਜਲੀ ਮਹਿਕਮੇ ਦੀ ਸ਼ਿਕਾਇਤ ਤੇ ਪੁਲਿਸ ਨੇ ਸੀਸੀਟੀਵੀ ਕੈਮਰੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਘਟਨਾ ਕਾਰਨ ਕਰੀਬ 5 ਦਿਨ ਤੋਂ 1 ਹਫਤੇ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹਿਣ ਦਾ ਖਦਸ਼ਾ ਹੈ ਨਵਜੋਤ ਸਿੰਘ ਸਿੱਧੂ ਨੇ 26 ਸਿਆਸੀ ਪਾਰਟੀਆਂ ਦੇ ਗਠਜੋੜ ਇੰਡੀਆ ਬਾਰੇ ਟਵੀਟ ਕੀਤਾ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਇਹ ਲੋਕਤੰਤਰ ਦੀ ਹੋਂਦ ਦੀ ਲੜਾਈ ਹੈ ਸੰਵਿਧਾਨਿਕ ਮੂਲ ਲੁप्त ਹੋ ਜਾਣਗੇ ਜੇਕਰ ਲੋਕ ਸ਼ਕਤੀ ਦੀ ਆੜ ਚ ਤਾਨਾਸ਼ਾਹ ਦੇ ਰੂਪ ਚ ਸ਼ਾਸਨ ਕਰਨ ਵਾਲੇ ਲੋਕ ਦੇਸ਼ ਦੇ ਕਲਿਆਣ ਲਈ ਕੰਮ ਕਰਨ ਵਾਲੀਆਂ ਏਜੰਸੀਆਂ ਨੂੰ ਗੁਲਾਮ ਬਣਾਉਣ ਜਾ ਰਹੇ ਹਨ ਮਹਾ ਭਾਰਤ ਤੇ ਚੰਗਿਆਈ ਤੇ ਬੁਰਾਈ ਵਿਚਕਾਰ ਲੜਾਈ ਸੀ ਇਹ ਜਮਹੂਰੀਅਤ ਤੇ ਤਾਨਾਸ਼ਾ ਵਿਚਕਾਰ ਲੜਾਈ ਹੈ ਇਹ ਨਿੱਕੇ ਨਿੱਕੇ ਸਵਾਰਥਾਂ ਨੂੰ ਭੁੱਲਣ ਦਾ ਸਮਾਂ ਹੈ ਪੈਰਿਸ਼ ਪੰਪ ਰਾਜਨੀਤੀ ਨੂੰ ਤਿਆਗ ਦਿਓ ਤੇ ਪ੍ਰਭੂ ਸੱਤਾ ਸੰਪਨ ਸਮਾਜਵਾਦੀ ਧਰਮ ਨਿਰਪੇਖ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰੋ ਭਾਰਤ ਜਮਹੂਰੀ ਗਨਰਾਜ ਦੀ ਪਰਿਕਲਪਨਾ ਸਾਡੇ ਪੂਰਵਜਾਂ ਨੇ ਕੀਤੀ ਸੀ ਇੰਡੀਆ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਈਅੰਸ ਵਿੱਚ ਆਵਾਜ਼ ਹੈ ਜੋ ਸਾਡੇ ਸੰਵਿਧਾਨਿਕ ਸਿਧਾਂਤਾਂ ਦੀ ਰੱਖਿਆ ਕਰੇਗੀ ਤੇ ਲੋਕਾਂ ਨੂੰ ਮੁੱਦਿਆਂ ਲਈ ਲੜੇਗੀ ਭਾਰਤ ਦੇ ਲੋਕਾਂ ਕੋਲ ਇੱਕ ਵਿਕਲਪ ਹੈ ਆਪਣੀ ਕਿਸਮਤ ਚੁਣੋ ਇਹ ਸਾਰੇ ਬਿਆਨ ਟਵੀਟ ਰਾਹੀਂ ਨਵਜੋਤ ਸਿੰਘ ਸਿੱਧੂ ਨੇ ਜਾਰੀ ਕੀਤੇ ਹਨ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਫਿਰ ਤੋਂ ਵੱਧਣ ਲੱਗਾ ਜਾਣਕਾਰੀ ਦਿੰਦੇ ਆ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਦਿਨੀ ਆਏ ਹੜ ਦਾ ਹਲੇ ਪਾਣੀ ਘਰਾ ਵਿੱਚ ਪੂਰੀ ਤਰ੍ਹਾਂ ਨਿਕਲਿਆ ਨਹੀਂ ਸੀ ਫਿਰ ਦਰਿਆ ਵਿੱਚ ਪਾਣੀ ਤੇਜ਼ੀ ਨਾਲ ਵਧ ਰਿਹਾ ਹੈ ਉਹਨਾਂ ਨੇ ਕਿਹਾ ਕਿ ਕਿ ਜਿੱਥੋਂ ਹਾਲ ਬੰਨ ਬਣਿਆ ਨਹੀਂ ਗਿਆ ਉੱਥੇ ਪਾਣੀ ਫਿਰ ਤੋਂ ਬਾਹਰ ਆ ਗਿਆ ਹੈ ਜਿਸ ਕਾਰਨ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਜਦਕਿ ਪਿਛਲੇ ਕੁਝ ਦਿਨਾਂ ਤੋਂ ਪਾਣੀ ਵਾਪਸ ਦਰਿਆਵਲ ਜਾ ਰਿਹਾ ਸੀ ਮਨੀਪੁਰ 'ਚ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਮਨੀਪੁਰ ਵਿੱਚ ਕਥਿਤ ਤੌਰ ਤੇ ਦੋ ਔਰਤਾਂ ਦਾ ਇੱਕ ਸੜਕ ਤੇ ਜਿਨਸੀ ਸ਼ੋਸ਼ਣ ਕੀਤਾ ਜਾ ਰਿਹਾ ਹੈ ਚੀਫ ਜਸਟਿਸ ਟੀ ਕਿਹਾ ਕਿ ਮੀਡੀਆ ਦੀ ਰਿਪੋਰਟ ਨੇ ਬਹੁਤ ਪਰੇਸ਼ਾਨ ਕੀਤਾ ਹੈ ਮਨੀਪੁਰ ਵਿੱਚ ਔਰਤਾ ਦੀ ਵੀਡੀਓ ਦੇਖ ਕੇ ਅਸੀਂ ਬਹੁਤ ਚਿੰਤਿਤ ਹਾਂ ਮਨੀਪੁਰ ਦੀ ਵੀਡੀਓ ਰੂ ਨੂੰ ਕੰਬਾ ਦੇਣ ਵਾਲੀ ਹੈ ਉਹਨਾਂ ਨੇ ਕਿਹਾ ਕਿ ਲੋਕਤੰਤ੍ਰਿਕ ਦੇਸ਼ ਵਿੱਚ ਅਜਿਹੇ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਔਰਤਾ ਦੇ ਅਧਿਕਾਰਾਂ ਸਬੰਧੀ ਇਸ ਤਰ੍ਹਾਂ ਦੀ ਘਟਨਾ ਰੂ ਨੂੰ ਝੰਜੋੜਨ ਵਾਲੀ ਹੈ ਇਹ ਸੰਵਿਧਾਨ ਦੇ ਅਧਿਕਾਰਿਆਂ ਦੀ ਉਲੰਘਣਾ ਹੈ ਕਥਿਤ ਵੀਡੀਓ ਦੇ ਪਹਿਲੇ ਅਧਿਕਾਰ ਜਵਾਬ ਦੇ ਵਿੱਚ ਪੁਲਿਸ ਸੁਪਰਡੈਂਟ ਨੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਸੀ ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ ਕਿ 5 ਮਈ 2023 ਨੂੰ ਅਣਪਛਾਤੇ ਹਥਿਆਰਬੰਦ ਬਦਮਾਸ਼ਾ ਦੁਆਰਾ ਨੰਗਨਪੜ ਦੇ ਦਿਆਂ ਦੋ ਔਰਤਾਂ ਦੀ ਵੀਡੀਓ ਦੇ ਸਬੰਧ ਵਿੱਚ ਇੱਕ ਦੇ ਖਿਲਾਫ ਨੋਕਪੋਕ ਸੇਕਮਾਈ ਪੁਲਿਸ ਸਟੇਸ਼ਨ ਦੇ ਵਿੱਚ ਅਗਵਾ ਸਮੂਹਿਕ ਬਲਤਕਾਰ ਅਤੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸੂਬਾ ਪੁਲਿਸ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਪ੍ਰੈਸ ਨੋਟ ਵਿੱਚ ਰਾਜ ਦੇ ਘਾਟੀ ਅਤੇ ਪਹਾੜੀ ਜ਼ਿਲ੍ਹਿਆਂ ਦੇ ਵੱਖ-ਵੱਖ ਸੰਵੇਦਨਸ਼ੀਲ ਖੇਤਰਾਂ ਦੇ ਵਿੱਚ ਰਾਜ ਪੁਲਿਸ ਅਤੇ ਕੇਂਦਰੀ ਬਲਾ ਦੁਆਰਾ ਚਲਾਇਆ ਚਾਰੇ ਤਲਾਸ਼ੀ ਅਭਿਆਨ ਦੇ ਵੇਰਵੇ ਦਿੱਤੇ ਗਏ ਹਨ ਦੱਸ ਦੇ ਕਿ 4 ਮਈ ਦੀ ਇਹ ਵੀਡੀਓ ਬੁੱਧਵਾਰ ਨੂੰ ਸਾਹਮਣੇ ਆਉਣ ਤੋਂ ਬਾਅਦ ਮਨੀਪੁਰ ਦੇ ਪਹਾੜੀ ਖੇਤਰ ਵਿੱਚ ਤਣਾ ਬਣਿਆ ਹੋਇਆ ਹੈ ਇਸ ਵੀਡੀਓ ਵਿੱਚ ਦਿਸ ਰਿਹਾ ਹੈ ਕਿ ਵਿਰੋਧੀ ਧਿਰ ਦੇ ਕੁਝ ਲੋਕ ਇੱਕ ਭਾਈਚਾਰੇ ਦੀਆਂ ਦੋ ਔਰਤਾਂ ਦੇ ਉੱਤੇ ਅਤਿਆਚਾਰ ਕਰ ਰਹੇ ਹਨ ਅਤੇ ਪਰੇਡ ਕਰਵਾ ਰਹੇ ਹਨ ਅਜਿਹੇ ਵਿੱਚ ਇੱਕ ਕਾਰਵਾਈ ਵਿੱਚ ਜ਼ਿਲ੍ਹਾ ਪੁਲਿਸ ਇਮਫਾਲ ਈਸਟ ਵੱਲੋਂ ਦੋ ਹਥਿਆਰ ਅਤੇ ਦੋ ਮੈਗਜ਼ੀਨ ਬਰਾਮਦ ਕੀਤੇ ਗਏ ਹਨ ਹਾਲਾਂਕਿ ਅਦਾਲਤ ਨੇ ਸੂਬਾ ਅਤੇ ਕੇਂਦਰ ਸਰਕਾਰ ਨੂੰ ਇਸ ਮਾਮਲੇ ਤੇ ਜਵਾਬ ਦਾਖਲ ਕਰਨ ਲਈ ਕਿਹਾ ਹੈ ਮਾਮਲੇ ਦੀ ਸੁਣਵਾਈ 28 ਜੁਲਾਈ ਨੂੰ ਹੋਵੇਗੀ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ 'ਚ ਇਲਾਜ ਦੀਨ ਬੰਬੀਹਾ ਗੈਂਗ ਦਾ ਗੁਰਗਾ ਸੁਰਿੰਦਰ ਬਿੱਲਾ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ ਜਿਸ ਵੱਲੋਂ ਹੁਣ ਪੁਲਿਸ ਅੱਗੇ ਆਪ ਤਸਮਰਪਨ ਕਰ ਦਿੱਤਾ ਗਿਆ ਹੈ ਜਾਣਕਾਰੀ ਮੁਤਾਬਿਕ ਜੇਤੋ ਕਸਬੇ ਅੰਦਰ ਵਪਾਰੀਆਂ ਨੂੰ ਤਮਕੀ ਦੇ ਕੇ ਫਰੋਤੀਆ ਮੰਗਨ ਅਤੇ ਜੇਤੋ ਅੰਦਰ ਹਵਾਈ ਫਾਇਰ ਕਰ ਦਹਿਸ਼ਤ ਪੈਦਾ ਕਰਨ ਵਾਲੇ ਤਿੰਨ ਮੁਲਜ਼ਮਾ ਚੋਂ ਦੋ ਨੂੰ ਪੁਲਿਸ ਮੁਕਾਬਲੇ ਦੌਰਾਨ ਗ੍ਰਿਫਤਾਰ ਕਰ ਲਿਆ ਗਿਆ ਸੀ ਜਿਸ ਦੌਰਾਨ ਬਿੱਲਾ ਨਾਮਕ ਗੁਰਗੇ ਤੇ ਲੱਤ 'ਚ ਗੋਲੀ ਲੱਗੀ ਸੀ ਜਿਸ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਪਰ ਉੱਥੇ ਇਲਾਜ ਦੌਰਾਨ ਸੁਰਿੰਦਰ ਬਿੱਲਾ ਪੁਲਿਸ ਸੁਰੱਖਿਆ ਕਰਮੀਆਂ ਨੂੰ ਚੱਕਮਾ ਦੇ ਕੇ ਫਰਾਰ ਹੋ ਗਿਆ ਸੀ ਹਾਲਾਂਕਿ ਡਿਊਟੀ ਦੌਰਾਨ ਲਾਪਰਵਾਹੀ ਵਰਤਣ ਵਾਲੇ ਪੰਜ ਮੁਲਾਜ਼ਮਾ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਗਿਆ ਸੀ ਪਰ ਇਸੇ ਵਿੱਚ ਜਿਲੇ ਨੂੰ ਦੁਬਾਰਾ ਗ੍ਰਿਫਤਾਰ ਕਰਨ ਲਈ ਪੁਲਿਸ ਲਗਾਤਾਰ ਕੋਸ਼ਿਸ਼ ਕਰ ਰਹੀ ਸੀ ਤਾਂ ਹੁਣ ਕੋਟਕਪੂਰਾ ਦੇ ਇੱਕ ਗੁਰਦੁਆਰਾ ਦੇ ਗ੍ਰੰਥੀ ਜਰੀਏ ਸੁਰਿੰਦਰ ਬਿੱਲਾ ਵੱਲੋਂ ਪੁਲਿਸ ਨੂੰ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਗਿਆ ਜਿਸ ਦੀ ਲੱਤ ਤੇ ਜ਼ਖਮ ਹੋਣ ਕਾਰਨ ਉਸ ਨੂੰ ਦੁਬਾਰਾ ਮੈਡੀਕਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ اے ਸੰਜੀ ਦੇਸ਼ ਵਿਦੇਸ਼ ਦੀਆਂ ਕੋਟ ਟੋਨ ਵਿੱਚ ਖਬਰਾਂ ਹੋਰ ਖਬਰਾਂ ਦੇ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਪੰਜਾਬ ਮਿਲ ਯੂਐਸਟੀਵੀ ਦੇ ਨਾਲ